ਬੰਦੇ ਲਾਤੇ ਆਪਾਂ ਕੰਮ ਤੇ। ਕਰੋ ਵੀ ਕੰਮ, ਹੁਣ ਵੀਡੀਓ ਬਣ ਰਹੀ ਤੁਹਾਡੀ ਸਾਰਿਆਂ ਦੀ। ਵੀਡੀਓ ਬਣਾ ਰਹੇ ਹੈ? ਹਾਂ ਵੀਡੀਓ ਬਣੇਗਾ, ਤੇਰਾ ਪਤਾ ਚੱਲੇਗਾ। ਕਿਆਰੀਆਂ ਬਣਾ ਦੇਣੀਆਂ, ਮੈਂ ਬੀਜ ਦਿੰਦਾ ਨਾਲ ਦੀ ਨਾਲ ਹੀ, ਠੀਕ ਆ? ਪਾਲਕ ਹੈ ਔਰ ਹਾਂ ਮੇਥੀ ਦਾਣਾ ਵੀ ਹੈ। ਉਹ ਥੋੜਾ ਉਸ ਉਹ ਦੇ ਦੇਣਾ ਕੱਲਾ ਨਾਲ ਧਨੀਆ ਪੱਤਾ ਤੇ ਧਨੀਆ ਕੇ ਬੀਜਾ ਸਭ ਕੁਝ ਹੈ। ਉਹ ਪਰ ਚਾਹੀਦਾ ਉਹ ਪਲਾਟ ਉਹਦਾ ਸਭ ਜੁੜੀ ਹੋਗਾ। ਹਾਂ ਚੱਲ ਖਾਈ ਜੀਏ ਤੁਸੀਂ। ਇਸਕਾ ਪੱਤਾ ਨਿਕਾਲ ਕੇ ਨਾ इसको यहाँ पे एक खाल बना के ना उसी में गिराएंगे पत्ता इसका, ठीक है? उससे नहीं बात बना आरी से, तो ये छोटा छोटा क्या करेंगे इसको भी, ये भी तो निकलेगा ना। निकाल देंगे दोबारा। हाँ घसे खा लेंगे। ਸਬਜ਼ੀਆਂ ਬੀਜ ਦੇਣੀਆਂ ਹੁਣ ਆਪਾਂ, ਪਾਲਕ ਮੂਲੀਆਂ ਪਲਾਟ ਸਾਫ ਕਰਾ ਕੇ ਨਾ ਐਨ ਵਧੀਆ ਕੰਮ ਹੋ ਜਾਣਾ। ਅਭੀ ਚੁੱਕ ਕੇ ਸੁੱਟ। ਇਸ ਵਾਲਾ ਕੈਸੇ ਟੁੱਟ ਗਿਆ ਯਾਰ। रंजन घिया तो लग रहा है मगर कम लग रहा है। ये देखिए लगा तो हुआ है छोटा सा मगर कम और लग गया है। लग रहा है, लगेगा क्यों नहीं लगेगा, इतना मेहनत किया हूँ। मिर्ची ले जाइयो। हाँ वो तो है ही है। ले गया था। ये यार उसका लीची का पौधा लगाया था साला, चला ही नहीं है, सूख ही गया लगता।
टमाटर का पनीरी ला के वो लगा देंगे, टमाटर का पनीरी होगा बढ़िया से चलेगा। ये भी निकालना है, क्या नाम है तेरा, अगर उखड़ता है तो उखाड़ लेना और उसको घास अलग करके ना दोबारा से गाड़ देना इसको, ठीक है। ये वाली बेल जो है इसको निकाल लेना, उखाड़ते फिर एक बार लगा देंगे बढ़िया से। हाँ फिर लगा देना दोबारा, ये चल जाएगी दोबारा से भी, ये साफ हो जाएगा ना सारा। अब अच्छे से ये पौधा नहीं निकालना है, ये वाला पौधा जो है ना ये नहीं निकालना है, ठीक है। तो इसमें अब फूल खिलेंगे, क्योंकि फिर अब दूसरा वाला फूल भी अब खिलने वाला शुरू हो जाएगा ना, निकलेगा वो अपने आप जो निकलेगा नीचे से। हाँ ये तो पकड़ लेता है, ये चल जाएगा। पानी आ गया था क्या? एक कहाँ बच गया अभी, ओह 12:55 हुआ यार। ਕਿੱਦਾਂ ਜੀ, ਵਧੀਆ ਲੱਗ ਰਹੀ ਹੈ? ਇੱਧਰ ਆਪਣਾ ਕੜੀ ਪੱਤਾ, ਲਾਲਟਨ ਵੀ ਲੈ ਗਈ, ਪੌਦਿਆਂ ਦੇ ਪਿੱਛੇ ਆ ਗਈ ਉਹਨਾਂ ਦੇ। ਇਹਨੂੰ ਦਿੱਤਾ ਬੰਦ, ਹੁਣ ਵਧੀਆ ਹੋ ਜਾਏਗਾ। ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ, ਉਸ ਦਿਨ ਤੇ ਆਪਾਂ ਤੁਹਾਨੂੰ ਗੋਪਰੋ ਦਿਖਾਇਆ ਸੀ ਅਤੇ ਅੱਜ ਤੁਹਾਨੂੰ ਆਹ ਆਈਟਮ ਦਿਖਾਉਂਦੇ ਹਾਂ। ਇਹਨੂੰ ਆਪਾਂ ਦੇਖਣਾ ਤੁਸੀਂ, ਜਿੱਦ ਨੂੰ ਮੈਂ ਮੂਵ ਕਰੂੰਗਾ ਇਹਦੇ ਇਹ ਫੰਕਸ਼ਨ ਨੇ,
ਸਾਰੇ ਪਾਸੇ ਕੈਮਰਾ ਘੁੰਮ ਹੀ ਜਾਣਾ। ਇਹਨੂੰ ਕਹਿੰਦੇ ਗਿੰਬਲ। ਬਾਕੀ ਤੁਹਾਨੂੰ ਮੈਂ ਦਿਖਾ ਕੇ ਲਿਆਉਣਾ ਆਪਣਾ ਇਹਦੇ ਨਾਲ ਕੀ ਆ ਜਿਹੜੀਆਂ ਸਬਜ਼ੀਆਂ ਆਪਾਂ ਲਾਈਆਂ ਹੋਈਆਂ। ਆਹ ਦੇਖੋ ਜੀ ਛੋਟੇ ਛੋਟੇ ਵੀ ਲੱਗੇ ਆ ਕਾਫੀ ਸਾਰੇ ਆ। ਤੇ ਆਪਣਾ ਪਲਾਟ ਤਕਰੀਬਨ ਥੋੜ੍ਹਾ ਜਿਹਾ ਸਾਫ਼ ਹੋ ਗਿਆ। ਬਾਕੀ ਹੋਰ ਦੋ ਬੰਦੇ ਭੱਜ ਗਏ ਨੇ ਵਿੱਚੋਂ ਅਤੇ ਇੱਕ ਰਹਿ ਗਿਆ। ਬਾਕੀ ਤੁਹਾਨੂੰ ਦਿਖਾਉਂਦੇ ਹਾਂ ਤਾਂ ਠੀਕ ਹੈ ਜੀ। ਆਹ ਕੇਲੇ ਦਾ ਪੌਦਾ ਆ, ਨਿੰਬੂ ਦਾ ਅੱਗੇ ਵੀ ਵੀਡੀਓਜ਼ ਤੁਸੀਂ ਦੇਖਿਆ ਹੀ ਹੋਇਆ। ਆਹ ਦੇਖੋ ਨਿੱਕੇ ਨਿੱਕੇ ਘੀਏ ਕਾਫੀ ਲੱਗੇ ਹੋਏ ਨੇ। ਆਹ ਸਾਰੀ ਸਫਾਈ ਹੋ ਗਈ ਨਾ, ਫਿਰ ਇੱਕ ਵਾਰੀ ਵੀਡੀਓ ਬਣਾ ਕੇ ਤੁਹਾਨੂੰ ਮੈਂ ਇਹਦੀ ਕਲਿੱਪ ਪਾਊਂਗਾ ਵਿੱਚ ਨਾਲ ਅਟੈਚ ਕਰੂੰਗਾ। ਇਹ ਦੇਖਣਾ ਬਾਕੀ ਆਪਣਾ ਉਹ ਕੈਮਰਾ ਦੇਖਣਾ, ਜਿੰਨਾ ਆਪਾਂ ਉਹਦੇ ਲਾਗੇ ਜਾਈ ਜਾਣਾ ਉਹਨੇ ਆਪੇ ਹੀ ਕੈਪਚਰ ਕਰੀ ਜਾਣਾ। ਆਹ ਦੇਖੋ ਕਰਦਾ ਨਾ ਮੂਵ। ਗੋਪਰੋ ਨੂੰ ਕਰ ਦਿੰਦੇ ਆਪਾਂ ਬੰਦ ਅਤੇ ਉਹਦੇ ਨਾਲ ਸ਼ੂਟ ਕਰਦੇ ਹਾਂ। ਚਲੋ ਜੀ ਆਹ ਲਾ ਦਿੱਤੀ ਆਪਾਂ ਅੱਗ, ਅਤੇ ਜਿਹੜਾ ਕਾਫੂਸ ਜਿਹਾ ਸੀ ਉਹ ਸੜ ਜਾਏਗਾ ਅਤੇ ਸਵਾਹ ਜੀ ਬਣ ਜਾਏਗੀ ਅਤੇ ਥੱਲੇ ਖਾਦ ਬਣੀ ਪਈ ਹੈ। ਠੀਕ ਆ ਜੀ ਚਲੋ ਹਾਂ ਵੇਖੋ ਜੀ ਥੋੜ੍ਹਾ ਸਾਫ਼ ਹੋ ਗਿਆ, ਵਧੀਆ ਲੱਗਣ ਲੱਗ ਗਿਆ। ਬਾਕੀ ਕਲੀਅਰ ਕਰਕੇ ਪੂਰਾ ਟੱਚ ਅਪ ਤੁਹਾਨੂੰ ਫਿਰ ਦਿਖਾਵਾਂਗੇ। ਆਹ ਲਾਇਆ ਜੀ ਆਪਾਂ ਡਰੈਗਨ ਫਰੂਟ। ਬਾਕੀ ਤੁਸੀਂ ਦੇਖ ਕੇ ਦੱਸੋ ਕਿੱਦਾਂ ਦਾ ਲੱਗ ਰਿਹਾ ਹੁਣ। ਆਹ ਬਣ ਚੱਲੀਆਂ ਆਪਣੀਆਂ ਕਿਆਰੀਆਂ। ਠੀਕ ਆ ਜੀ ਆਹ ਆਪਣੇ ਸੇਬ ਦੇ ਬੂਟੇ, ਆਹ ਵੀ ਸੇਬ ਦਾ। ਆਹ ਆਪਣੀ ਹੋ ਗਈ ਸਾਰੀ ਸਫਾਈ। ਅਤੇ ਕਿਆ ਹਾਂ ਤੋ ਬਣੇਗੀ ਨਾ, ਤੇਰੇ ਕੋ ਦਿਖਾਇਆ ਤੋ ਥਾ ਮੈਨੇ, ਬਤਾਇਆ ਤੋ ਥਾ। ਲਾਈਨ ਲਗਾ ਕੇ ਤੋ ਦੀ ਥੀ ਮੈਨੇ ਤੇਰੇ ਕੋ। ਇਹ ਬੜਾ ਹੋ ਜਾਏਗਾ ਇਤਨਾ ਬਹੁਤ ਹੈ। ਹਾਲਾਤ ਜੀ ਲੈਣਾ ਨੂੰ ਆਪਾਂ ਆਹ ਦੋ ਅੰਬ ਦੇ ਗਿਟਕਾਂ ਸੁੱਟੀਆਂ ਸੀ ਅਤੇ ਅੰਬ ਦੇ ਬੂਟੇ ਵੀ ਹੋ ਗਏ ਆ। ਬਾਕੀ ਆਹ ਆਪਾਂ ਬੈਂਗਣਾਂ ਦੇ ਲਾਏ ਸੀ, ਡਿੱਗੇ ਫਿਰਦੇ ਆ। ਅਤੇ ਆਹ ਇੱਧਰ ਆਪਣੀ ਪੂਰੀ ਸਫਾਈ ਹੋ ਗਈ ਆ।
ਉਹ ਲੱਕੜਾਂ ਚੁਕਾਤੀਆਂ ਆਪਾਂ, ਉਹ ਲੱਗਾ ਹੋਇਆ ਮੁੰਡਾ ਇਕੱਠੀਆਂ ਕਰਨ ਆਪਣੇ। ਕੋਈ ਬਾਤ ਨਹੀਂ, ਤੂੰ ਬਣਾ ਦੇ ਬਸ, ਕੋਈ ਬਾਤ ਨਹੀਂ। ਇਸਮੇ ਮੇਥੀ ਲਗਾ ਦੇਂਗੇ, ਇਸਮੇ ਨਾ ਉਸਮੇ ਪਾਲਕ ਲਗਾਏਂਗੇ ਪਹਿਲੀ ਵਾਲੀ ਮੇ, ਇਸਮੇ ਮੇਥੀ ਹੋ ਜਾਏਗਾ, ਔਰ ਇਸਮੇ ਥੋੜ੍ਹਾ ਸਾ ਇੱਕ ਧਨੀਆ ਕਾ ਲਗਾ ਦੇਂਗੇ, ਔਰ ਦੇਖਤੇ ਹੈਂ ਕਿਆ ਕਰਨਾ ਹੈ। ਇਨਮੇ ਜ਼ਿਆਦਾ ਹੋ ਜਾਏਗਾ ਨਾ, ਮੂਲੀ ਵਗੈਰਾ ਲੱਗ ਜਾਏਗੀ, ਹੈ ਨਾ। ਹਾਂ, ਮੂਲੀ ਵਾਲੀ ਲਗਾ ਦੇਂਗੇ। ਆਹ ਦੇਖੋ ਜੀ ਆਪਣੇ ਕੀਏ ਲੱਗੇ ਹੋਏ ਆ, ਮੈਂ ਅੱਗੇ ਵੀ ਵੀਡੀਓ 'ਚ ਦਿਖਾਇਆ ਸੀ ਗੋਪਰੋ ਦੇ ਨਾਲ, ਹੁਣ ਤੁਹਾਨੂੰ ਇਹਦੇ ਨਾਲ ਦਿਖਾ ਰਿਹਾ ਬੰਦਾ ਲੱਗਾ। ਵੀਡੀਓ ਕਿੱਦਾਂ ਦੀ ਲੱਗੀ, ਜੇ ਵਧੀਆ ਲੱਗੇ ਤਾਂ ਕਮੈਂਟ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ, ਠੀਕ ਹੈ। ਆਹ ਤੁਹਾਨੂੰ ਇੱਕ ਹੋਰ ਪੌਦਾ ਦਿਖਾਉਂਦਾ ਮੈਂ, ਆਹ ਹੈਗਾ ਜੀ ਸ਼ੂਗਰ ਪਲਾਂਟ। ਜੇ ਕਿਸੇ ਨੂੰ ਪਤਾ ਹੈਗਾ ਤਾਂ ਜ਼ਰੂਰ ਦੱਸਣਾ ਇਹਨੂੰ ਸ਼ੂਗਰ ਪਲਾਂਟਸ। ਇਹਨਾਂ ਰੋਜ਼ ਦੋ ਤਿੰਨ ਪੱਤੇ ਇਹਦੇ ਖਾਓ ਤਾਂ ਸ਼ੂਗਰ ਕੰਟਰੋਲ 'ਚ ਹੋ ਜਾਂਦੀ ਆ। ਬਾਕੀ ਚੈਨਲ 'ਤੇ ਤੁਸੀਂ ਦੇਖ ਲੈਣਾ, ਆਹ ਸੇਬ ਦੇ ਬੂਟੇ ਹੈਗੇ ਨੇ, ਠੀਕ ਹੈ ਜੀ। ਉਦੋਂ ਮੈਂ ਦਿਖਾਏ ਵੀ ਸੀ ਸੇਬ, ਠੀਕ ਹੈ ਜੀ। ਆਹ ਵੀ ਆਪਣਾ ਇੱਕ ਸੇਬ ਦਾ ਬੂਟਾ ਹੈ, ਠੀਕ ਹੈ। ਆਹ ਆਪਣੇ ਹੋ ਗਏ ਫਲਾਵਰ ਗੁਲਾਬ ਵੇਲ ਵਾਲਾ, ਇਹਨਾਂ ਦੇ ਫਲਾਵਰ ਆਉਣਗੇ ਤਾਂ ਫਿਰ ਤੁਹਾਨੂੰ ਦਿਖਾਊਂਗਾ ਇਹ, ਠੀਕ ਹੈ ਜੀ। ਅਤੇ ਆਹ ਆਪਣਾ ਹੈਗਾ ਅੰਜੀਰ, ਇਹਨੂੰ ਆਪਾਂ ਬਿਲਕੁਲ ਹੀ ਕੱਟ ਦਿੱਤਾ ਉੱਤੋਂ, ਅਤੇ ਹੁਣ ਦੁਬਾਰਾ ਇਹ ਫੁੱਟਣਾ ਚਾਲੂ ਹੋ ਗਿਆ, ਆਉਂਦੀਆਂ ਗਰਮੀਆਂ ਤੱਕ ਫੇਰ ਹੋ ਜਾਣਾ। ਆਹ ਹੈਗਾ ਜੀ ਆਪਣਾ ਆਲੂ ਬੁਖਾਰਾ, ਇਹ ਵਿਚਾਰਾ ਜਿੱਦਾਂ ਕਹਿੰਦੇ ਹੁੰਦੇ ਤਾਂ ਪੋਲੀਓ ਨਹੀਂ ਹੋਇਆ ਹੁੰਦਾ, ਇਹਨੂੰ ਵੀ 2 ਸਾਲ ਹੋ ਗਏ ਨੇ, ਤੁਰਦਾ ਹੀ ਨਹੀਂ, ਪਤਾ ਨਹੀਂ ਕੀ ਗੱਲ ਆ। ਅਤੇ ਆਹ ਹੈਗੀ ਆਪਣੀ ਚੈਰੀ, ਇਹਦਾ ਬੂਟਾ ਸੁੱਕ ਗਿਆ ਸੀ ਅਤੇ ਆਪਾਂ ਐਰਕੀ ਫੇਰ ਲਾ ਦਿੱਤੀ ਆ। ਅਤੇ ਆਹ ਕੇਲਿਆਂ ਦੇ ਪੌਦੇ ਲਾਏ ਆ, ਬਾਕੀ ਆਹ ਤੋਰੀਆਂ ਜੀਆਂ ਦੇਖ ਲਓ ਲਟਕਦੀਆਂ ਫਿਰਦੀਆਂ, ਇਹ ਹੁਣ ਖਤਮ ਨਹੀਂ ਆ ਹਿਸਾਬ ਤੋਂ ਇਹਨਾਂ ਦਾ ਗਰਮੀ ਦਾ, ਇਹਨਾਂ ਨੂੰ ਆਪਾਂ ਕੱਟ ਦਿੱਤਾ। ਉਹੀ ਪੰਜਾਬੀ ਜੀ ਜਿਹੜੇ ਕਹਿੰਦੇ ਹੁੰਦੇ ਐਲੋਵੀਰਾ, ਕਹਿੰਦੇ ਆ ਨਾ ਜਦੋਂ ਕਹਿੰਦੇ ਆ ਐਲੋਵੇਰਾ ਕਿਹਨੂੰ ਕਹਿੰਦੇ ਆ, ਕਹਿੰਦਾ ਜਦੋਂ ਪੰਜਾਬੀ ਪੈਗ ਲਾਲਾ, ਪੈਗ ਲਾਲਾ, ਪਰ ਆਪਣੇ ਕੋਲ ਦੂਜਾ, ਆਪਣੇ ਕੋਲ ਇੱਥੇ ਵੀ ਲੱਗਾ। ਆਹ ਦੇਖੋ, ਠੀਕ ਹੈ ਜੀ। ਬਾਕੀ ਆਪਣਾ ਸੈਟਅਪ ਤੁਸੀਂ ਦੇਖ ਸਕਦੇ ਹੋ, ਆਪਾਂ ਇੰਨਾ ਕੁ ਟੇਬਲ ਟੂਬਲ ਜਿਹਾ ਲਾ ਕੇ ਮਾੜਾ ਮੋਟਾ ਬਣਾਇਆ, ਬਾਕੀ ਸਾਫ਼ ਸਫਾਈ ਹੋਊਗੀ ਵਧੀਆ ਅਤੇ ਫਿਰ ਤੁਹਾਨੂੰ ਵਧੀਆ ਢੰਗ ਨਾਲ ਜਦੋਂ ਫੁੱਲ ਵਗੈਰਾ ਖਿਲਣਗੇ ਆਪਾਂ ਤੁਹਾਨੂੰ ਆਪਣੀ ਗਲੀ ਦਾ ਵਿਊ ਦਿਖਾਉਂਦੇ ਹਾਂ। ਆਹ ਸਾਡੀ ਗਲੀ ਹੈਗੀ ਅਤੇ ਆਹ ਆਪਣਾ ਕਾਲਾ ਘੋੜਾ, ਠੀਕ ਹੈ ਜੀ। ਆਹ ਦੇਖੋ ਜੀ ਬੰਦੇ ਨੇ ਗੋਡੀਆਂ ਕਰਕੇ ਅਤੇ ਵਧੀਆ ਕਰ ਦਿੱਤਾ। ਹੁਣ
ਹੁਣ ਆਪਾਂ ਸਵੇਰ ਨੂੰ ਇਹਦੇ ਵਿੱਚ ਲਗਾਵਾਂਗੇ ਪਾਲਕ, ਮੇਥੀ, ਮੂਲੀਆਂ, ਧਨੀਆ, ਫਿਰ ਬਾਕੀ ਮੈਂ ਪਨੀਰੀ ਲੈ ਕੇ ਆਵਾਂਗਾ, ਗਾਜਰ, ਓ ਸੋਰੀ ਗਾਜਰ ਨਹੀਂ, ਗੋਭੀ, ਬਰੋਕਲੀ, ਬੰਦ ਗੋਭੀ ਅਤੇ ਲੈਟਸ ਸੈਲਡ ਉਹ ਲਿਆ ਕੇ ਲਾਵਾਂਗੇ। ਅਤੇ ਫਿਰ ਤੁਹਾਨੂੰ ਨੀਅਰ ਅਬਾਊਟ ਨਵੰਬਰ ਦਸੰਬਰ ਜਦੋਂ ਆਪਣੀਆਂ ਸਾਰੀਆਂ ਚੀਜ਼ਾਂ ਤੁਰ ਪੈਣਗੀਆਂ ਫਿਰ ਦਿਖਾਵਾਂਗੇ। ਆਹ ਦੇਖੋ ਲੋਕਾਂ ਕੋਲ ਹਰੀਆਂ ਮਿਰਚਾਂ ਹੁੰਦੀਆਂ, ਆਪਣੇ ਕੋਲ ਕਾਲੀਆਂ। ਲੈ ਜਾ, ਲੈ ਕੇ ਜਾਣੀ ਹੈ ਤੂੰ ਮਿਰਚੀ, ਤੋੜ ਲੈ ਤੋੜ ਲੈ ਤੋੜ ਲੈ। ਚੱਪਲ ਕਾਹੇ ਉਤਾਰਦੀ, ਫਸਲ ਕਾਂ ਬੋਇਆ ਕਾਂ ਹੈ ਅਭੀ? ਅਰੇ ਕੋਈ ਬਾਤ ਨਹੀਂ। ਇੱਥੇ ਆਪਣੇ ਕੋਲ ਸਾਲ ਬਾਅਦ ਆਪਣੇ ਆਪ ਫੁੱਲ ਉੱਗਦੇ ਨੇ ਅਤੇ ਬਹੁਤ ਸੋਹਣੇ ਹੁੰਦੇ ਆ, ਅਤੇ ਜਦੋਂ ਹੋ ਜਾਣਗੇ ਅਤੇ ਇਸ ਵਾਰੀ ਤੁਹਾਨੂੰ ਦਿਖਾਵਾਂਗੇ ਪੂਰੇ ਵਧੀਆ। ਆਹ ਬੰਦਾ ਆਉਣ ਲੱਗਿਆ ਹੋਇਆ ਆਪਣਾ, ਇਸ ਬੰਦੇ ਦੀ ਮਿਹਨਤ ਆ, ਇੱਧਰ ਦੇਖਿਓ ਆਹ ਬੰਦੇ ਦੀ ਮਿਹਨਤ ਆ, ਇੰਨੇ ਕੰਮ ਕੀਤਾ ਸਾਰਾ ਘਾਹ ਘੂਹ ਸਾਫ਼ ਸਫਾਈ ਕਰਕੇ। ਐਸਾ ਬੜੀਆ ਲੱਗ ਰਿਹਾ ਪਲਾਟ ਆਪਣਾ, ਬਹੁਤ ਵਧੀਆ ਹੈ, ਹੈਂ ਬਹੁਤ ਵਧੀਆ ਬਣਾ ਦਿੱਤਾ। ਹਾਂ ਆ ਬੜੀਆ ਹੋ ਗਿਆ ਨਾ, ਅਬ ਤੇਰੀ ਜ਼ਿੰਮੇਵਾਰੀ ਹੈ ਇਸਕੋ ਸਾਫ਼ ਸਫਾਈ ਕਰਕੇ ਰੱਖਣਾ, ਮੇਰਾ ਸੇ ਨਹੀਂ ਕੰਮ ਹੋਤਾ। ਆਹੋ ਮੈਂ ਤਾਂ ਬੋਲਾ ਤੋ ਹੂੰ, ਦੋ ਘੰਟੇ ਘੰਟੇ ਸੁਬਹ ਸ਼ਾਮ ਲਗੇਗਾ ਆ ਕੇ ਕਰਨਾ। ਹਾਂ ਤੂੰ ਨੇ ਕਰਨਾ ਹੈ, ਔਰ ਸਬਜ਼ੀ ਲਗਾਓ ਔਰ ਖਾਓ, ਠੀਕ ਹੈ। ਹਾਂ ਇਹਦੇ ਵਿੱਚ ਪੰਛੀੜੀਆਂ ਹੈਗੀਆਂ ਕਿ ਨਹੀਂ ਹੈਗੀਆਂ, ਲਗਾਇਆ ਤਾਂ ਸੀ ਚਿੜੀਆਂ ਵਾਸਤੇ ਪਰ ਹੁਣ ਪਤਾ ਨਹੀਂ। ਠੀਕ ਹੈ ਜੀ, ਇੱਥੇ ਕਰਦੇ ਹਾਂ ਵੀਡੀਓ ਦਾ ਐਂਡ। ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਦੱਸਣਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਵਧੀਆ ਲੱਗੇ ਤਾਂ ਜ਼ਰੂਰ। ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।